हावी आ चादर दी बुकल मार के बुकल खोली ना ते विच इक छोटा जिहा हिरनी दा बच्चा 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 अर्ज कीती या रसूल अल्लाह मैं जंगल च गुजर रहा ते हिरनी दा बच्चा वेख्या ते ख्याल आया माही ले तोहफा ना लै जावां ते आ मेरा तोहफा कबूल करो नबी पाक ने रख लिया थोड़ी देर दे बाद ना हजरत इमाम हसन आए बच्चा नु जानवरां दे बच्चा ना बड़ा प्यार होंदा इमाम हसन बच्चे सन ते वेख के कहंदे ने नाना जी ए की है फरमा हिरनी दा बच्चा किथों लिया जे फरमाया सहाबी लेके आए ने ते मैनू दे दियो सुभान अल्लाह ड्रोन वाले भाई माजरत का भूल जरा इन दी तवज्जो बट दे थोड़ी जी मैनू गल कर लें ਮੈਨੂੰ ਦੇ ਦਿਓ ਮੇਰੇ ਆਖਾ ਨੇ ਫਰਮਾਇਆ ਤੁਸੀਂ ਲਾ ਜੋ ਇਮਾਮ ਹਸਨ ਹਿਰਨੀ ਦੇ ਬੱਚੇ ਨਾਲ ਖੇਲਦੇ ਖੇਲਦੇ ਘਰ ਆਏ ਨਾ ਤੇ ਇਮਾਮ ਹੁਸੈਨ ਚੁਕੇ ਆਪ ਤੋਂ ਵੀ ਛੋਟੇ ਸਨ ਕਰੀਬ ਆ ਕੇ ਕਹਿੰਦੇ ਨੇ ਭਾਈ ਜਾਨ ਇਹ ਕੀ ਹੈ ਇਹ ਹਿਰਨੀ ਦਾ ਬੱਚਾ ਹੈ ਕਿੱਥੋਂ ਲਿਆ ਜੇ ਨਾਨਾ ਜੀ ਨੇ ਤਾਂ ਕੀਤਾ ਇਮਾਮ ਹੁਸੈਨ ਦਰਵਾਜ਼ੇ ਵੱਲ ਟੁਰ ਪਏ ਸੈਦ ਕਾਇਨਾਤ ਵੇਖ ਕੇ ਫਰਮਾਇਆ ਵੇ 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 ਹੁਸੈਨ ਕਿੱਥੇ ਚਲੇ ਆਏ ਮੁੜ ਕੇ ਕਹਿਣ ਲੱਗੇ ਮੈਂ ਨਾਨਾ ਜੀ ਕੋਲ ਹਿਰਨੀ ਦਾ ਬੱਚਾ ਲੈਣ ਚਲੇ ਆ नाने दी गोद च बैठ के ना थोड़ी देर दाढ़ी मुबारक ते रीश मुबारक दे वाला ना खेल के ना ते गल्ला च गल्ला पा के पुछदे ने ए भाई हसन नु हिरनी दा बच्चा तुसां दित्ता फरमा जी मैं दित्ता ते मैनू भी दियो ਹੁਣ ਨਬੀ ਪਾਕ ਗੱਲਾਂ ਚ ਬਹਿਲਾਰੇ ਓਵੇ ਹਾੜੀ ਵਾਲਿਓ ਲਾਡਲਾ ਪੁੱਤਰ ਤੁਹਾਡਾ ਤੇ ਮੇਰਾ ਹੋਵੇ ਤੇ ਉਹ ਨਹੀਂ ਗੱਲਾਂ ਨਾਲ ਬਹਿਲਦਾ ਤੇ ਜਿਹੜਾ ਮੁਹੰਮਦ ਤੇ ਖੁਦਾ ਦਾ ਸਾਂਝਾ ਹੀ ਲਾਡਲਾ ਹੋਵੇ ਖੁਦਾ ਤੇ ਖੁਦਾਈ ਦਾ ਸਾਂਝਾ ਹੀ ਲਾਡਲਾ ਹੋਵੇ ਉਹ ਕੋ ਗੱਲਾਂ ਨਾਲ ਬਹਿਲਦਾ ਸੀ ਅੱਖਾਂ ਵਿੱਚ ਨਿਕਲ ਨਿਕਲ ਅਥਰੂ ਆ ਗਏ ਤੇ ਰੋ ਕੇ ਨਾ ਤੇ ਜ਼ਿੱਦੀ ਬੱਚੇ ਦੀ ਤਰ੍ਹਾਂ ਤੇ ਮੁਹੱਬਤ ਨਾਲ ਕਹਿਣ ਲੱਗੇ ਮੈਂ ਹਿਰਨੀ ਦਾ ਬੱਚਾ ਹੀ ਲੈਣਾ ਨਬੀ ਪਾਕ ਨੂੰ ਪਿਆਰ ਕਰ ਰਹੇ ਸਾਹਾਬਾ ਫਰਮਾਉਂਦੇ ਨੇ ਇਮਾਮ ਹੁਸੈਨ ਰੋਇਆ ਸਾਹਿਬ ਪਿਆ जंगल वाली की हिरनी अपना मजा लेके आ रही हिरनी ने बच्चा लिया के नबी दे कदमा च रखिया ते रो के कहन लगी कमली वाली आ अल्लाह ने मेनू दो पुत्र अदा कीते एक नु साबी लाए एक नु मैं लाए आई हूं अर्ज कीती कमली वाली आ अपने पुत्र नु रोन ना दे आ जे मैं अपना पुत्र लेके आई हूं मेरे नबी ने फरमाया मामा नु पुत्र नाल बड़ा प्यार आंदा है अपने पुत्र दी जुदाइयां किवें सहेगी हिरनी रो के कहन लगी कमली वाले आ मैं अपने पुत्र दी जुदाई सह सकनी हूं हम ना पुत्र रोंदा नहीं वेख सकदी ਕੁਲੇ ਰੋਂਦਾ ਨਹੀਂ ਵੇਖਿਆ ਜਾਣਾ ਉਹ ਲਾਡਲਾ ਨਬੀ ਦਾ ਜਿਹੜਾ ਨਾਨੇ ਦੀ ਗੋਦ ਵਿੱਚ ਰੋਵੇ ਤੇ ਹਿਰਨੀ ਬੱਚੇ ਕੁਰਬਾਨ ਕਰਨ ਵਾਸਤੇ ਲੈ ਕੇ ਆ ਜਾਂਦੀ ਏ ਇਸੇ ਬਾਸ ਦੇ ਮੈਂ ਪੜਿਆ ਕਰਨ ਖੈਰੁਲ ਬਸ਼ਰ ਕੀ ਆਖ ਦਾ ਤਾਰਾ ਹੁਸੈਨ ਹੈ ਖੈਰੁਲ ਬਸ਼ਰ ਕੀ ਆਖ ਦਾ ਤਾਰਾ अपने नसीब ने मैं पढ़ के जाने क्योंकि मैं ते ऐसे काम आया ते मेनू साईं 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 अच्छा जो भी सुनाने पहले मैं मौजू बयान कर लवां जी हुण अजे ते मैं शुरू हो रहा हां सुभान अल्लाह मैं पढ़ने लगा खैरुल बशर की आंख का तारा 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 जेड़ा हुसैनी है बस वो बोले खैरुल बशर की आंख का तारा करबला दे बाद बंदे दो ही किस्म दे ने या बंदा हुसैनी होंदा ते या यजीदी होंदा ਜਿਹੜਾ ਹੁਸੈਨੀ ਨਾ ਹੋਵੇ ਉਹ ਯਜ਼ੀਦੀ ਹੋਦਾ ਹੈ ਮੈਂ ਕਰਨ ਲਗਾ ਪੀਰਾਂ ਦੇ ਪੀਰ ਦਾ ਜ਼ਿਕਰ ਰਲ ਕੇ ਪੜੀਏ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਨਹੀਂ ਇੰਜ ਨਹੀਂ ਜਿਹੜਾ ਵਾਕਈ ਹੁਸੈਨੀ ਮੰਨਦਾ ਨਾ ਕਿ ਮੈਂ ਹੁਸੈਨੀ ਮਾਂ ਦਾ ਪੁੱਤਰ ਹਾਂ ਜਦੋਂ ਮੈਂ ਕਹਿੰਦਾ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਹੱਥ ਚੁੱਕ ਕੇ ਨਾਰਾ ਮਾਰ ਕੇ ਆਖੇ ਹੁਸੈਨ ਹੈ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਫਿਰ ਬੋਲੇ ਜੇ ਤਾਰਾ ਆ ਵੇ ਕੇ ਜਵਲ ਹੱਥ ਕਿਨੇ ਨਹੀਂ ਚੁੱਕੇ ਤਾਰਾ ਭਾਈ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ घर वाला कहे माफ कर भाई तवज्जो ना करे तो कहंदा घर वाला तेरे कारोबार दी खैर होवे तवज्जो ना करे तो कहंदा तेरे बच्चियां दी खैर होवे जदों आवे ना बच्चे दी गल ते दिल करदा कुछ दे ही देवा मेरे बच्चियां दी खैर पे मांगदा है मैं
ਮੈਂ ਅਰਜ਼ ਕੀਤੀ ਯਾ ਅੱਲਾ ਜੇ ਤੇਰੇ ਕੋਲੋਂ ਮੰਗਣਾ ਹੋਵੇ ਅੱਲਾ ਫਰਮਾ ਜੇ ਤੂੰ ਆਖੇ ਨਾ ਰੱਬਾ ਤੇਰੀ ਖੈਰ ਹੋਵੇ ਤੇ ਅੱਲਾ ਕੁਰਾਨ ਚ ਫਰਮਾਂਦਾ ਵੱਲਾਹੁ ਖੈਰ ਅੱਲਾ ਫਰਮਾਂਦਾ ਮੈਂ ਅੱਲਾ ਆ ਵੀ ਖੈਰਾਂ ਜੇ ਆਖੇ ਤੇਰੇ ਕਾਰੋਬਾਰ ਦੀ ਤੇ ਅੱਲਾ ਫਰਮਾਂਦਾ ਕਾਰੋਬਾਰ ਮੇਰਾ ਕੋਈ ਨਹੀਂ ਤੇ ਅੱਲਾ ਨੂੰ ਆਖਿਆ ਯਾ ਅੱਲਾ ਨਕਲੇ ਕੁਫਰ ਨਾ ਬਾਸ਼ ਹੋ ਯਾ ਅੱਲਾ ਤੇਰੇ ਬੱਚਿਆਂ ਦੀ ਤੇ ਅੱਲਾ ਫਰਮਾਂਦਾ ਲਮ ਯਲੀ ਤੋ ਬਲਮ ਯੂਲਦ ਬੱਚੇ ਮੇਰੇ ਕੋਈ ਨਹੀਂ ਤੇ ਯਾ ਅੱਲਾ ਫਿਰ ਤੇਰੇ ਕੋਲ ਕਿਵੇਂ ਮੰਗਣਾ ਹੈ ਅੱਲਾ ਫਰਮਾਂਦਾ ਕਿ ਮੇਰਾ ਮਹਬੂਬ ਹੈ ਉਹਦੇ ਬੱਚਿਆਂ ਦੀ ਖੈਰ ਮੰਗਦਾ ਵੀ ਜੋ ਮੰਗੇਗਾ ਦੇ ਦੇਵਾਂਗਾ ਹੁਣ ਜਿਹੜਾ ਆਇਆ ਨਾ ਨਬੀ ਦੇ ਬੂਏ ਮੰਗਤਾ ਬਣ ਕੇ ਉਹ ਮੰਗੇ ਨਬੀ ਦੇ ਬੱਚਿਆਂ ਦੀ ਖੈਰ ਤੇ ਫਿਰ ਵੇਖਿਆ ਜੇ ਮੇਰੇ ਸਰਕਾਰ ਉਹਨੂੰ ਖਾਲੀ ਨਹੀਂ ਭੇਜਣਗੇ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਭਾਈ ਵੇਖੋ ਕਿਨੇ ਕਿਨੇ ਹਜ਼ੂਰ ਕੋਲ ਖੈਰਾਤ ਲਾਣੀ ਹੈ ਤਾਰਾ ਇੰਜੀ ਸਾਰੇ ਮਿਲ ਕੇ ਮੇਰੇ ਨਾਲ ਪੜੀਏ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਤਾਰਾ ਹੁਸੈਨ ਹੈ ਜ਼ਹਰਾ ਦਾ ਦਿਲ ਆਰਾਮ ਦੁਲਾਰਾ ਇਹ ਨਾ ਸਮਝਿਆ ਜੇ ਮੈਂ ਸ਼ੇਰ ਪੜਿਆ ਸਰਨਬੀ ਦੀ ਹਦੀਸੇ ਪਾਕ ਕੌਣ ਹੈ ਜੇ ਬਾਲੀ ਮਦੀਨੇ ਦੀ ਗਲੀ ਚ ਜਾ ਰਹੀ ਨਿੱਕੇ ਨਿੱਕੇ ਬੱਚੇ ਤੇ ਖੇਲ ਦੇਣੇ ਇੱਕ ਬੱਚੇ ਨੂੰ ਫੜ ਕੇ ਨਬੀ ਕਰੀਮ ਨੇ ਸੀਨੇ ਨਾਲ ਲਗਾ ਲਿਆ ਮੇਰੇ ਆਕਾ ਨੇ ਉਹਦਾ ਮੱਥਾ ਚੁੰਮਿਆ ਲੱਭ ਦੇ ਰੁਖਸਾਰ ਚੁੰਮੇ ਸਾਹਾਬਾ ਨੇ ਅਰਜ਼ ਕੀਤੀ ਕਮਲੀ ਵਾਲਿਓ ਇਸ ਬੱਚੇ ਨਾਲ ਇਹਨਾਂ ਪਿਆਰ ਕਿਉਂ ਕਰਦੇ ਹੋ ਫਰਮਾਇਆ ਸਾਹਾਬਾ ਗਵਾਰ ਆ ਜੇ ਉਸ ਵੇਲੇ ਤੱਕ ਮੈਂ ਜੰਨਤ ਚ ਨਹੀਂ ਜਾਣਾ ਜਦ ਤੱਕ ਇਹ ਬੱਚੇ ਕੇ ਦੇ ਮਾਪਿਆਂ ਨੂੰ ਨਾਲ ਨਾ ਲੈ ਜਾਵਾਂ ਅਰਜ਼ ਕੀਤੀ ਸੋਹਣਿਆ ਬੱਚੇ ਦਾ ਕਮਾਲ ਕੀ ਹੈ ਫਰਮਾਇਆ ਇੱਕ ਦਿਨ ਮੈਂ ਮਦੀਨੇ ਦੀ ਗਲੀ ਚ ਜਾ ਰਿਹਾ ਮੇਰੇ ਅੱਗੇ ਕੇ ਬੱਚਾ ਜਾ ਰਿਹਾ ਇਹਦੇ ਅੱਗੇ ਮੇਰਾ ਹੁਸੈਨ ਜਾ ਰਿਹਾ ਹੁਸੈਨ ਨੂੰ ਨਹੀਂ ਪਤਾ ਮੇਰੇ ਪਿੱਛੇ ਆ ਰਿਹਾ ਇਹਨੂੰ ਨਹੀਂ ਪਤਾ ਇਹਦੇ ਪਿੱਛੇ ਮੈਂ ਆ ਰਿਹਾ ਫਰਮਾਇਆ ਮੈਂ ਵੇਖਿਆ ਜਿੱਥੇ ਜਿੱਥੇ ਮੇਰਾ ਹੁਸੈਨ ਕਦਮ ਰੱਖ ਕੇ ਚੱਕ ਗਿਆ ਇਹ ਬੱਚਾ ਉੱਥੇ 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 ਮੇਰੇ ਹੁਸੈਨ ਦੇ ਕਦਮਾਂ ਦੀ ਮਿੱਟੀ ਚੁੰਮਦਾ ਹੈ ਇਹਨੂੰ ਅੱਜ ਸੀਨੇ ਲਗਾ ਕੇ ਉਮਤ ਨੂੰ ਦੱਸਣਾ ਚਾਹਨਾ ਕਿ ਖੈਰੁਲ ਬਸ਼ਰ ਕੀ ਆਂਖ ਕਾ ਤਾਰਾ ਹੁਸੈਨ ਹੈ ਜ਼ਹਰਾ ਦਾ ਦਿਲ ਆਰਾਮ ਦੁਲਾਰਾ ਹੁਸੈਨ ਹੈ ਹਰ ਕੌਣ ਕਹਿ ਰਹੀ ਹੈ ਹਮਾਰਾ ਹੁਸੈਨ ਹੈ ਹਰ ਕੌਣ ਕਹਿ ਰਹੀ ਹੈ ਹਮਾਰਾ मैं जल्दी जल्दी मैं कह रहे ने सरंगी भी सुनानी है सुनानी है सुनानी है फरमाशा ते बढ़िया ने पर मैं चुके वक्त वाल भी वेख रहा तीन बज गए तुसा सोना ते मैं अजे दूर जाना अच्छा जी तेन मैं अगले साल गाड़ी लेके देनी लगी क्योंकि तेरी गाड़ी टाइम नहीं ठीक दस रही है अच्छा सुबह अल्लाह बोलो मैं मुड़ वापस ले चला गिरा भी एक गिरा भी एक गिरा भी एक जी बेटे जी बेटे जी बेटे जरा करे नबी के पुत्रा नाल प्यार मौलवी अशरफ अली थानवी जो बंदी अपनी किताब अल अफादत अल यौमिया च लिखा कि हिंदुस्तान च हिंदुस्तान च हिंदुस्तान च हिंदुस्तान आलम दीन सन जिन्ना दा नाम सी मौलवी कलंदर अली कलंदर अली कलंदर अली इस पाए दे आलम दीन सन के हर रात ख्वाब च नबी पाक दी ज़ियारत नसीब होंदी सी अल्लाह सारे दे नसीब च करे एक दिन क्लास च बच्चा नु पढ़ा रहे थे कि बच्चे दे मुंह ते थप्पड़ मारया पड़ मारया पड़ मारया पड़ मारया पड़ मारया पड़ मारया बच्चा सैयदान दा सी दा सी दा सी बच्चा नबी दी आल सी आल सी आल सी आल सी थप्पड़ ते मार लिया मगर रात नु लेटे ते सारी रात उस सुते रे पर आज कमली वाले ख्वाब च नहीं आए नहीं आए नहीं आए नहीं आए अगला दिन रोंदियां गुजर गया अगली रात जल्दी लेट गए कि हुजूर ने आने पर रात भी सुतियां गुजर गई हुजूर नहीं आए नहीं आए नहीं आए नहीं आए जब तीसरी रात भी हुजूर ना आए थे मौलवी कलंदर अली दी दौड़न लग दौड़न लग दौड़न लग दौड़न लग कदे किसे वली कोल जांदे ने कदे किसे साहब दे दिल कोल जांदे ने जाके कहंदे ने पुछो कमली वाले आंदा क्यों नहीं क्यों नहीं क्यों नहीं किसे आख्या मौलवी जी इत्थे गल नहीं बननी हुण इंज करो मदीना शरीफ चले जाओ मदीने दी गलियां च इक औरत ते मजजूबा वली आए वली आए वली आए वली आए सुनया ओदा डायरेक्ट नबी ना मौलवी
ਸਾਲਵੀ ਕਲੰਦਰ ਅਲੀ ਦੀਆਂ ਚੀਖਾਂ ਨਿਕਲ ਗਈਆਂ ਆ ਕੇ ਨਬੀ ਪਾਕ ਦੇ ਰੋਜ਼ੇ ਤੇ ਰੋਂਦੇ ਨੇ ਅਰਦੇ ਕਰਦੇ ਨੇ ਕਮਲੀ ਵਾਲਿਆ ਦੇਦੇ ਨੇ ਦਰਦੇ ਖੁੱਤਿਆਂ ਦਾ ਵੀ ਗੁਲਾਮ ਅੱਜ ਕੀਤੀ ਸੋਹਣਿਆ ਮਾਫੀ ਦੇ ਦੇ ਮੈਨੂੰ ਨਹੀਂ ਸੀ ਪਤਾ ਬੱਚਾ ਸੈਦਾ ਹੁੰਦਾ ਅੱਜ ਕੀਤੀ ਕਮਲੀ ਵਾਲਿਆ ਤੇਰੇ ਦਰਦੇ ਗੁਲਾਮਾਂ ਦਾ ਵੀ ਗੁਲਾਮ ਅੱਜ ਕੀਤੀ ਕਮਲੀ ਵਾਲਿਆ ਮਾਫੀ ਦੇ ਦੇ ਬੜੇ ਦਿਨ ਰੋਂਦੇ ਨਾਲੇ ਮਾਫੀਆਂ ਮੰਗਦੇ ਨੇ ਮਦੀਨੇ ਦੇ ਸੈਦਾਂ ਦੇ ਕਦਮ ਛੂਦੇ ਨੇ ਇੱਕ ਦਿਨ ਔਰਤ ਸਾਹਮਣੇ ਆਈ ਕਹਿਣ ਲੱਗੀ ਮੈਂ ਮੌਲਵੀ ਐ ਦਰਿਆ ਸੁਭਾਨ ਰਸੂਲullah ਫਰਮਾਉਂਦੇ ਦੇ ਇਸ਼ਾਰੇ ਵੱਲ ਵੇਖਿਆ ਅੱਗੇ ਸੁਪਿਆ ਨਬੀ ਵੇਖਦਾ ਸਾਂ ਉਹਨੇ ਜਾਗਦੇ ਨਬੀ ਵਖਾ ਪਿਆਰ ਕਰੇ ਨਬੀ ਦੇ ਪੁੱਤਰਾਂ ਦਾ ਫਿਰ ਮੇਰਾ ਨਬੀ ਉਹਨੂੰ ਇੰਜ ਦੇ ਇਨਾਮ عطا ਕਰਦਾ ਹੈ ਨਬੀ ਪਾਕ ਦੀ ਆਲ ਦਾ ਜ਼ਿਕਰ ਸੁਣਨ ਵਾਲਿਆਂ ਤੇ ਹਜ਼ੂਰ ਦੀ ਆਲ ਨਾਲ ਮੁਹੱਬਤਾਂ ਕਰਨ ਵਾਲਿਓ ਜਿੱਥੇ ਵੀ ਖੂਨ ਵੇਖੋ ਨਾ ਨਬੀ ਦਾ ਸੁਭਾਨ ਅੱਲਾ ਸੁਭਾਨ ਅੱਲਾ ਅਦਬ ਕਰਿਆ ਅਦਬ ਕਰਿਆ ਅਦਬ ਕਰਿਆ ਅਦਬ ਕਰਿਆ ਅਦਬ ਕਰਿਆ ਭਾਈ ਹੀਰਾ 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 ਚਿੱਕੜੇ ਚ ਵੀ ਡਿੱਗ ਪਵੇ ਡਿੱਗ ਪਵੇ ਡਿੱਗ ਪਵੇ ਹੀਰਾ ਹੀ ਹੁੰਦਾ ਸੁਭਾਨ ਅੱਲਾ ਸੈਯਦ ਗੁਨਾਹਗਾਰ ਵੀ ਹੋਵੇ ਗਾਰ ਵੀ ਹੋਵੇ ਗਾਰ ਵੀ ਹੋਵੇ ਸੁਭਾਨ ਅੱਲਾ ਸੈਯਦ ਉਪਾ ਕੀ ਪਾਕ ਸੁਭਾਨ ਅੱਲਾ ਜਦੋਂ ਸਾਫ ਕਰੋ ਸਾਫ ਕਰੋ ਹੀਰਾ ਹੀ ਹੀਰਾ ਹੀ ਸੁਭਾਨ ਅੱਲਾ ਸੁਭਾਨ ਅੱਲਾ ਆਲਾ حضرت ਫਾਦਲ ਬਰੇਲਵੀ ਰਹਿਮਤੁਲਲਾਹ ਅਲੈਹ ਦਾ ਵੀ ਇਹ ਫਤਵਾ ਹੈ ਆ ਫਰਮਾਦੇ ਨੇ ਕਿ ਸੈਯਦ ਦਾ ਅਦਬ ਹਜ਼ੂਰ ਦੀ ਨਿਸਬਤ ਦੀ ਵਜ੍ਹਾ ਤੋਂ ਕਰ ਵਜ੍ਹਾ ਤੋਂ ਸੁਭਾਨ ਅੱਲਾ ਬੇਸ਼ੱਕ حضرت ਅਬਦੁੱਲਾ ਬਿਨ ਜ਼ੁਬੈਰ رضی اللہ تعالی عنہ ਨੇ ਖੂਨ ਮੁਸਤਫਾ ਚੂਸ ਲਿਆ ਜਿਸ ਦਿਨ ਫਾਂਸੀ ਚੜੇ ਨਾ ਸੂਲੀ ਚੜ ਲਟਕਾਏ ਜਦੋਂ ਕਾਫਰ उस दिन भी आप दे मुंह च मुश्क दी खुशबू आ गई सुभान अल्लाह सुभान अल्लाह तो जेड़ा नबी दा खून चूस लवे चूस लवे चूस लवे ओदे विचो खुशबू आउंदी ते जिदे विच होए नबी दा खून नबी दा खून सुभान अल्लाह सुभान अल्लाह क्या खून ए रसूल दा अदब करो एहतराम करो आले रसूल दा।